ਅੱਜ ਉਸ ਮਾਜ ਦਾ ਕੀ ਦੇਣਾ ਪੈਂਦਾ, ਕਿਸ ਤਰ੍ਹਾਂ ਅੱਜ ਕਿਉਂ ਜ਼ਰੂਰਤ ਪਈ ਦੁਬਾਰਾ ਇਕੱਠੇ ਹੋਣ ਦੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ, ਆਪ ਸੰਗਤਾਂ ਨੂੰ ਪਤਾ ਹੀ ਹੈ ਕਿ ਕੱਲ੍ਹ ਚੋਣ ਕਮਿਸ਼ਨ ਵੱਲੋਂ ਬਾਦਲ ਦਲ ਅਤੇ BJP ਦੇ ਕਹਿਣ ਦੇ ਉੱਪਰ SIT ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਪੰਜਾਬ ਤੋਂ SIT ਦੇ ਵਿੱਚੋਂ ਬਦਲ ਕੇ ਉਹਨਾਂ ਨੂੰ ਕਿਸੇ ਦੂਜੀ ਸਟੇਟ ਦੇ ਵਿੱਚ ਭੇਜ ਦਿੱਤਾ ਹੈ। ਇਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਬਰਗਾੜੀ ਨਗਰ ਦੇ ਵਿੱਚ ਰੋਸ ਮਾਰਚ ਕੀਤਾ। ਇਹ ਕਾਰਨ ਇਹ ਸੀ ਕਿਉਂਕਿ ਸਾਨੂੰ 1 ਜੂਨ ਤੋਂ ਲੈ ਕੇ ਅੱਜ ਤੱਕ ਦਾ ਸਮਾਂ ਹੋ ਗਿਆ, 1 ਜੂਨ 2015 ਤੋਂ ਲੈ ਕੇ ਕਿੰਨੀਆਂ 2 SIT ਬਣੀਆਂ, 2 ਕਮਿਸ਼ਨ ਬਣੇ, ਬਰਗਾੜੀ ਮੋਰਚਾ ਲੱਗਿਆ, ਧਰਨੇ ਹੋਏ, ਰੋਸ ਪ੍ਰਦਰਸ਼ਨ ਕੀਤੇ, ਪਰ ਇਨਸਾਫ ਕਿਤੇ ਨਹੀਂ ਮਿਲਿਆ। ਉਸੇ ਇਨਸਾਫ ਦੀ ਜੇਕਰ ਆਸ ਬੱਝੀ ਸੀ ਤਾਂ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਵਰਗੇ ਨਧੜਕ ਇਮਾਨਦਾਰ ਅਫਸਰਾਂ ਪਾਸੋਂ ਬੱਝੀ ਸੀ ਅਤੇ ਉਹਨਾਂ ਨੂੰ ਬਾਦਲ ਦਲ ਅਤੇ BJP ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਉਹਨਾਂ ਨੂੰ SIT ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ, ਉਹਨਾਂ ਨੂੰ ਪੰਜਾਬ ਤੋਂ ਬਾਹਰ ਦੂਸਰੀ ਸਟੇਟ ਦੇ ਵਿੱਚ ਲਾ ਦਿੱਤਾ ਗਿਆ। ਇਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਰੋਸ ਮਾਰਚ ਕੀਤਾ ਅਤੇ ਚੋਣ ਕਮਿਸ਼ਨ ਪਾਸੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਦੁਬਾਰਾ ਫਿਰ SIT ਦੇ ਵਿੱਚ ਨਿਯੁਕਤੀ ਕੀਤੀ ਜਾਵੇ, ਉਹਨਾਂ ਨੂੰ ਦੁਬਾਰਾ ਫਿਰ SIT ਦਾ ਮੈਂਬਰ ਬਣਾਇਆ ਜਾਵੇ ਤਾਂ ਕਿ ਸਿੱਖ ਸੰਗਤਾਂ ਦੀ ਜਿਹੜੀਆਂ ਆਸਾਂ ਹੈ ਉਹਨਾਂ ਨੂੰ ਬੂਰ ਜੋ ਪਿਆ ਹੈ ਉਸ ਬੂਰ ਨੂੰ ਝਾੜਿਆ ਨਾ ਜਾਵੇ ਅਤੇ ਉਹਦਾ ਫਲ ਆ ਜਿਹੜਾ ਉਹ ਸਿੱਖ ਸੰਗਤਾਂ ਨੂੰ ਮਿਲੇ, ਜਿਹੜਾ ਕਿ 3.5 ਸਾਲ ਦਾ ਸਮਾਂ ਹੋ ਗਿਆ ਸੰਗਤਾਂ ਨੂੰ ਉਡੀਕਦੀਆਂ ਨੂੰ। ਅਤੇ ਜੇਕਰ ਅਜਿਹੇ ਇਮਾਨਦਾਰ ਅਫਸਰਾਂ ਦੇ ਤਬਾਦਲੇ ਇਸ ਤਰ੍ਹਾਂ ਪਾਰਟੀਆਂ ਦੇ ਲੀਡਰਾਂ ਦੇ ਕਹਿਣ ਦੇ ਉੱਪਰ ਕੀਤੇ ਗਏ ਤਾਂ ਇਨਸਾਫ ਦੀ ਜਿਹੜੀ ਹੈ ਉਹ ਕੋਈ ਝਾਕ ਨਹੀਂ ਰੱਖ ਸਕਦੇ ਅਸੀਂ ਇਹਨਾਂ ਸਰਕਾਰਾਂ ਪਾਸੋਂ। ਅਗਲਾ ਸਟੈਪ ਜੋ ਰੱਖਿਆ ਗਿਆ ਉਹ ਕੀ ਰੱਖਿਆ ਗਿਆ? ਇਸ ਤੋਂ ਅਗਲਾ ਸਟੈਪ ਹੈ ਜਿਹੜਾ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਉਹ ਇੰਗਲੈਂਡ ਦੇ ਦੌਰੇ ਦੇ ਉੱਪਰ ਗਏ ਹੋਏ ਹੈ ਧਰਮ ਪ੍ਰਚਾਰ ਦੇ ਲਈ, ਉਹ ਅੱਜ ਸ਼ਾਮ ਤੱਕ ਵਾਪਸ ਆ ਜਾਣਗੇ ਅਤੇ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਅਸੀਂ ਕੋਈ ਠੋਸ ਪ੍ਰੋਗਰਾਮ, ਸਖਤ ਪ੍ਰੋਗਰਾਮ ਜੋ ਉਹ ਸੰਗਤਾਂ ਨੂੰ ਦੇਵਾਂਗੇ ਤਾਂ ਕਿ ਜਿਹੜੇ ਇਹ ਲੀਡਰ ਹੈ ਇਹ ਆਪਣੀਆਂ ਕੁਰਸੀਆਂ ਬਚਾਉਣ ਦੀ ਖਾਤਰ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡੀਆਂ ਸੰਗਤਾਂ ਦੇ ਨਾਲ ਖਿਲਵਾੜ ਨਾ ਕਰਨ। ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਅਸੀਂ ਜਿਹੜਾ ਉਹ ਅੱਗੇ ਉਲੀਕਾਂਗੇ। ਭਾਈ ਗੁਰਦੀਪ ਸਿੰਘ ਬਠਿੰਡਾ ਜੀ ਵੱਲੋਂ ਹੁਣੇ ਕਿਹਾ ਗਿਆ ਸੀਗਾ ਕਿ 12 ਅਪ੍ਰੈਲ ਨੂੰ ਜਿਹੜਾ ਹੈਗਾ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਜਾਏਗਾ ਚੋਣ ਕਮਿਸ਼ਨ ਦਫ਼ਤਰ ਅੱਗੇ, ਕੀ ਉਹ ਕੀਤਾ ਜਾਏਗਾ? ਬਿਲਕੁਲ ਜੀ, ਜੇਕਰ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਜੀ ਨੇ ਇਹ ਕਿਹਾ ਹੈ ਕਿ 12 ਤਰੀਕ ਨੂੰ ਅਸੀਂ ਦਿੱਲੀ ਚੋਣ ਕਮਿਸ਼ਨ ਦੇ ਦਫ਼ਤਰ ਦੇ ਅੱਗੇ ਰੋਸ ਮੁਜ਼ਾਹਰਾ ਕਰਾਂਗੇ ਤਾਂ ਉਹ ਜ਼ਰੂਰ ਕੀਤਾ ਜਾਵੇਗਾ। ਅਤੇ ਦਾਸ ਵੀ ਆਪਣੀ ਜਥੇਬੰਦੀ ਸਮੇਤ ਜਿਸ ਤਰ੍ਹਾਂ
ਆਗੂਆਂ ਦਾ ਕਹਿਣਾ ਹੋਵੇਗਾ ਉਸ ਤਰ੍ਹਾਂ ਦਾਖਲਾ ਜਿਹੜਾ ਪ੍ਰੋਗਰਾਮ ਆ ਉਹ ਲਿਆ ਜਾਵੇਗਾ। ਹਾਂਜੀ ਸਰ, ਅੱਜ ਦਾ ਜਿਹੜਾ ਹੈ ਕਿਉਂ ਲੋੜ ਪਈ ਦੁਬਾਰਾ ਜਿਹੜਾ ਤੁਹਾਨੂੰ ਪ੍ਰੋਟੈਸਟ ਕਰਨ ਦੀ? ਆਪ ਜੀ ਨੂੰ ਪਤਾ ਹੀ ਹੈ ਕਿ 1 ਜੂਨ 2015 ਨੂੰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਭੀੜ ਚੋਰੀ ਹੋਈ ਸੀ, ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸੀ, ਉਹਨਾਂ ਨੂੰ ਲੈ ਕੇ ਪੰਥ ਦੇ ਵਿੱਚ ਪਹਿਲਾਂ ਹੀ ਬਹੁਤ ਵੱਡਾ ਮਸਲਾ ਖੜ੍ਹਾ ਹੋਇਆ, ਸਰਬੱਤ ਖਾਲਸਾ ਹੋਇਆ, ਬਰਗਾੜੀ ਮੋਰਚਾ ਲੱਗਿਆ, ਕਮਿਸ਼ਨ ਬਣੇ, ਰਣਜੀਤ ਸਿੰਘ ਕਮਿਸ਼ਨ ਬਣਿਆ, SIT ਤਿਆਰ ਹੋਈ। ਹੁਣ ਬੜੀ ਵੱਡੀ ਆਸ ਬੱਝੀ ਸੀ ਕਿ SIT ਦੇ ਮੁਖੀ ਜਿਹੜੇ ਹੈ ਵਿਜੇ ਕੁੰਵਰ ਪ੍ਰਤਾਪ ਸਿੰਘ ਜੀ, ਉਹ ਬਹੁਤ ਵਧੀਆ ਜਾਂਚ ਚਲਾ ਰਹੇ ਸੀ, ਪਰ ਇਹ ਜਾਂਚ ਜਿਨ੍ਹਾਂ ਦੇ ਗਲਾਂ ਨੂੰ ਹੱਥ ਪੈਣ ਜਾ ਰਿਹਾ ਸੀ ਉਹਨਾਂ ਨੂੰ ਇਹ ਹਜ਼ਮ ਨਹੀਂ ਹੋਈ। ਉਹਨਾਂ ਨੇ ਚੋਣ ਕਮਿਸ਼ਨ ਦੇ ਰਾਹੀਂ ਉਹਨਾਂ ਦੀ ਬਦਲੀ ਕਰਵਾ ਦਿੱਤੀ ਗਈ ਹੈ, ਜੋ ਕਿ ਇੱਕ ਬਹੁਤ ਘਿਣਾਉਣਾ ਕੰਮ ਇਹਨਾਂ ਨੇ ਕੀਤਾ। ਉਸ ਦੇ ਰੋਸ ਵਜੋਂ ਅੱਜ ਅਸੀਂ ਜਿੱਥੋਂ ਇਹ ਬੇਅਦਬੀ ਸ਼ੁਰੂ ਹੋਈ ਸੀ ਉਸ ਗੁਰਦੁਆਰਾ ਸਾਹਿਬ ਤੋਂ ਲੈ ਕੇ ਬਰਗਾੜੀ ਸਾਹਿਬ ਦੇ ਅੱਡੇ ਤੱਕ ਰੋਸ ਮਾਰਚ ਕੀਤਾ, ਸਰਕਾਰ ਨੂੰ, ਪ੍ਰਸ਼ਾਸਨ ਨੂੰ, ਕਮਿਸ਼ਨ ਨੂੰ ਦੱਸਣ ਵਾਸਤੇ ਅੱਜ ਇੱਕ ਛੋਟਾ ਜਿਹਾ ਸੰਕੇਤਕ ਰੋਸ ਪ੍ਰਦਰਸ਼ਨ ਸੀਗਾ। ਔਰ ਅਸੀਂ ਚੇਤਾਵਨੀ ਵੀ ਦਿੰਦੇ ਹਾਂ ਕਿ ਜੇ ਸਾਡੀ ਗੱਲ ਦਾ ਕੋਈ ਅਸਰ ਨਾ ਹੋਇਆ, ਜੇ ਵਿਜੇ ਕੁੰਵਰ ਪ੍ਰਤਾਪ ਸਿੰਘ ਜੀ ਦੀ ਬਦਲੀ ਰੱਦ ਨਾ ਕੀਤੀ, ਕਿਉਂਕਿ ਚੋਣ ਕਮਿਸ਼ਨ ਨੇ, ਚਲੋ ਠੀਕ ਹੈ, ਮਾਹੌਲ ਖਰਾਬ ਹੋਣ ਵਾਸਤੇ ਜਾਂ ਜਿਹੜੇ ਵਿਰੋਧੀ ਹੁੰਦੇ ਉਹਨਾਂ ਨੇ ਕਰਨਾ ਹੀ ਹੁੰਦਾ, ਅਤੇ ਚੋਣਾਂ ਤੋਂ ਬਾਅਦ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੀ ਫਿਰ ਮੁੜ ਵਾਪਸੀ ਸਥਾਪਤੀ ਕੀਤੀ ਜਾ ਸਕੇ, ਤਾਂ ਕਿ ਜੋ ਇਹ ਜਾਂਚ ਹੈ ਲਗਾਤਾਰ ਚੱਲਦੀ ਰਹੇ, ਸ਼ਹੀਦ ਪਰਿਵਾਰਾਂ ਨੂੰ ਇਨਸਾਫ ਮਿਲੇ, ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ, ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ। ਲੱਗਦਾ ਕਿਤੇ ਕਿਤੇ ਵੀ ਪੰਜਾਬ ਸਰਕਾਰ ਵੀ ਇਹਨਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ? ਬਿਲਕੁਲ ਜੀ, ਬਿਲਕੁਲ, ਪੰਜਾਬ ਸਰਕਾਰ ਬਿਨਾਂ ਇਹ ਕੁਛ ਹੋ ਹੀ ਨਹੀਂ ਸਕਦਾ। ਜਿਹੜਾ ਇਹ ਲੇਟੂ ਰਾਮ ਸਿਸਟਮ ਕੀਤਾ ਜਾ ਰਿਹਾ, ਕਦੋਂ ਦੀ SIT ਬਣੀ ਹੈ, ਕਮਿਸ਼ਨ ਦੀ ਜਿਹੜੀ ਰਿਪੋਰਟ ਆ ਵਿਧਾਨ ਸਭਾ ਵਿੱਚ ਪੜ੍ਹੀ ਜਾ ਚੁੱਕੀ ਹੈ, ਉਹਦੇ 'ਤੇ ਮੋਹਰ ਲੱਗ ਚੁੱਕੀ, ਸਮਰਥਨ ਮਿਲ ਚੁੱਕਿਆ, ਅਤੇ ਮੈਂ ਤਾਂ ਇਹ ਸਮਝਦਾ ਵੀ ਸਾਰਾ ਵੱਡੇ ਤੋਂ ਵੱਡਾ ਰੋਲ ਹੀ ਪੰਜਾਬ ਸਰਕਾਰ ਹੈ ਜਿਹੜੀ ਇਹਨੂੰ ਡਿਲੇ ਕਰ ਰਹੀ ਹੈ। ਅਗਲਾ ਸੰਘਰਸ਼ ਇਹ ਹੋਈ ਹੈ ਕਿ ਪੰਥ ਵਿੱਚ ਚੋਣਾਂ ਨੂੰ ਲੈ ਕੇ, ਮੁੱਦਿਆਂ ਨੂੰ ਲੈ ਕੇ ਦੁਬਧਾਵਾਂ, ਅੱਜ ਅਸੀਂ ਫਿਰ ਸ਼ੁਰੂਆਤ ਕੀਤੀ ਹੈ, ਜਿਵੇਂ ਪਿਛਲੇ ਸਰਬੱਤ ਖਾਲਸਾ ਵੇਲੇ ਵੀ ਜੇਲ੍ਹਾਂ ਵਿੱਚ ਸਿੱਖਾਂ ਨੂੰ ਡੱਕ ਦਿੱਤਾ ਸੀ, ਸਿੰਘ ਸਾਹਿਬਾਨਾਂ ਨੂੰ ਫੜ ਲਿਆ ਗਿਆ ਸੀ, ਅਤੇ ਉਸ ਦਿਨ ਵੀ ਅਸੀਂ 10 ਦਸੰਬਰ ਵਾਲੇ ਦਿਨ, ਮਨੁੱਖੀ ਅਧਿਕਾਰ ਦਿਵਸ ਵਾਲੇ ਦਿਨ ਇੱਕ ਸ਼ੁਰੂਆਤ ਕੀਤੀ ਸੀ, ਖਿੰਡੇ ਪੁੰਡੇ ਸਿੱਖਾਂ ਨੂੰ ਇਕੱਠੇ ਕਰਕੇ ਰੋਸ ਮੁਜ਼ਾਹਰਾ ਕੀਤਾ ਸੀ, ਅਤੇ ਗੱਲ ਬਰਗਾੜੀ ਮੋਰਚੇ ਤੱਕ ਪਹੁੰਚ ਗਈ ਸੀ। ਅੱਜ ਉਹੀ ਸ਼ੁਰੂਆਤ ਪੰਥਕ ਸੇਵਾ ਲਹਿਰ ਨੇ ਫਿਰ ਕੀਤੀ ਹੈ, ਖਿੰਡੇ ਪੁੰਡੇ ਸਿੱਖਾਂ ਨੂੰ ਇਕੱਠੇ ਕਰਕੇ, ਜਥੇਬੰਦੀਆਂ ਨੂੰ ਕਾਲ ਕਰਕੇ ਅੱਜ ਫਿਰ ਅਸੀਂ ਆਵਾਜ਼ ਮਾਰੀ ਹੈ, ਔਰ ਸਾਨੂੰ ਉਮੀਦ ਹੈ ਕਿ ਅਸੀਂ ਇਸ ਮਨੋਰਥ ਵਿੱਚ ਕਾਮਯਾਬ ਹੋਵਾਂਗੇ, ਜਥੇਬੰਦੀਆਂ ਨੂੰ ਇਕੱਠੇ ਕਰਕੇ ਵੱਡਾ ਸੰਘਰਸ਼ ਫਿਰ ਵੱਡਾ। ਬਿਲਕੁਲ ਜੀ, ਸਾਡੀ ਜਥੇਬੰਦੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ, ਯੂਨਾਈਟਿਡ ਅਕਾਲੀ ਦਲ ਕੀ ਕੋਈ ਵੀ ਧਿਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕੋਈ ਵੀ ਪ੍ਰੋਗਰਾਮ ਰੱਖੇ, ਸਾਡੀ ਜਥੇਬੰਦੀ ਉਹਦਾ ਸਾਥ ਦੇ। ਵਾਹਿਗੁਰੂ।